ਮੱਲੋ ਚੈਲ ਸਟੱਡ ਫਾਰਮ ਤੇ ਲੈ ਕੇ ਆ ਤੁਹਾਨੂੰ ਬਠਿੰਡੇ ਬਾਪੂ ਆਤਮਾ ਸਿੰਘ ਚੈਲ ਉਹਦੇ ਬੇਟੇ ਆ ਨਰਪੈ ਸਿੰਘ ਨਿੱਪੀ ਚੈਲ ਤੇ ਪ੍ਰਗਟ ਸਿੰਘ ਚੈਲ ਇਹਨਾਂ ਦਾ ਫਾਰਮ ਆ ਮਾਂਸਾ ਰੋਡ ਤੇ ਅੰਡਰ ਬ੍ਰਿਜ ਕੋਲੇ ਇੱਥੇ ਮੱਲੋ ਸਮੁੰਦਰੀ ਬੇੜਿਆਂ ਜਿੱਡੀਆਂ ਜਿੱਡੀਆਂ ਘੋੜੀਆਂ ਖੜੀਆਂ ਐ ਫਾਰਮ ਤੇ ਘਟੋ ਘਟ 25 26 ਘੋੜੀਆਂ ਹੋਣਗੀਆਂ ਜਿਹੜੀਆਂ ਵੇਚਣ ਵਾਲੀਆਂ ਵੀ ਆ ਵਪਾਰ ਕਰਦੇ ਆ ਆ ਜਿਵੇਂ ਘੋੜੀ ਤੁਹਾਡੇ ਸਾਹਮਣੇ ਆ ਮੇਰੇ ਹਿਸਾਬ ਨਾਲ ਬਾਕੀ ਡਿਟੇਲ ਤਾਂ ਤੁਹਾਨੂੰ ਪਤਾ ਲੱਗ ਜੂਗੀ ਇਹ ਖਲੀ ਦੀ ਆ ਖਲੀ ਘੋੜੇ ਦੀ ਬੱਚੀ ਆ ਇਹਦੀ ਹਾਈਟ 66 ਇੰਚ ਹੈ ਏਡੀਆਂ ਏਡੀਆਂ 65.66 ਇੰਚ ਦੀਆਂ ਕਈ ਘੋੜੀਆਂ ਖੜੀਆਂ ਆ ਆ ਜਿਵੇਂ ਆ ਖੜੀ ਆ ਮੈਂ ਤੁਹਾਨੂੰ ਕਈ ਦਿਖਾਉਣਾ ਹੈ ਕਈ ਦਿਖਾਉਣ ਵੱਲ ਰਹੇ ਵੀ ਜਾਣ ਗਿਆ ਕਈ ਦਿਖਾਈਆਂ ਵੀ ਜਾਣ ਗਿਆ ਮਤਲਬ ਸਾਰਾ ਕੋਸੇ ਹੋ ਜਾਊਗਾ ਆ ਦੇਖੋ ਲਓ ਕਿੱਡੀ ਵੱਡੀ ਘੋੜੀ ਐ ਇੱਕ ਆ ਵੇਖੋ ਆ ਵੀ ਖਲੀਦ ਕੋਈ ਐ ਇਹ ਜਿਹੜਾ ਖਲੀ ਘੋੜਾ ਸੀਗਾ ਨਾ ਜਿਹੜੇ ਖਲੀ ਦੀ ਮੈਂ ਗੱਲ ਕਰ ਰਿਹਾ ਇਹ ਗੁਲਜ਼ਾਰ ਘੋੜੇ ਦਾ ਬੱਚਾ ਸੀਗਾ ਇਹ ਸੂਰੇ ਵਾਲੀ ਲਾਈਨ ਦੀਆਂ ਘੋੜੀਆਂ ਇਹ ਇਹ ਆ ਘੋੜੀ ਐ 65 ਇੰਚ ਦੀ ਸੱਜਣੋ ਆ ਵੇਖਿਓ ਇਹ ਬਹੁਤ ਮਤਲਬ ਸਰੀਰਕ ਬਣਤਰ ਤੌਰ ਤੇ ਜੇ ਤੁਸੀਂ ਦੇਖੋਗੇ ਨਾ ਗੱਲ ਕਰੋ ਸਾਡੇ ਕੋਲੇ ਥਾਂ ਨਹੀਂ ਸੀ ਖੁੱਲਾ ਨਹੀਂ ਤੁਹਾਨੂੰ ਹੋਰੋਂ ਵੀ ਪੂਰਾ ਚੰਗੂ ਦਿਖਾ ਦੰਦੇ ਘੋੜੀਆਂ ਤੁਹਾਨੂੰ ਸਾਰੀਆਂ ਦਿਖਾਉਂਗਾ ਬਾਹਲੀਆਂ ਦੀ ਡਿਟੇਲ ਹੋ ਸਕਦਾ ਦੱਸੀ ਨਾ ਜਾਵੇ ਕਿਉਂਕਿ ਇੰਨੀਆਂ ਘੋੜੀਆਂ ਦੀ ਡਿਟੇਲ ਹੈ ਜਿਹੜੀ ਭੁੱਲ ਜਾਂਦਾ ਬੰਦਾ ਇੰਟਰਵਿਊ ਦੇ ਵਿੱਚ ਮਿਲ ਜੂਗੀ ਤੁਹਾਨੂੰ ਡਿਟੇਲ ਪਰ ਫੇਰ ਵੀ ਯਤਨ ਪੂਰਾ ਲਾਉਂਗਾ ਕਿ ਭਾਈ ਤੁਹਾਨੂੰ ਦੱਸ ਦਿਆਂ ਆਹ ਦੇਖੋ ਮੈਂ ਨਾ ਅ ਵੈਸੇ ਹੀ ਚੌੜ ਕਰਦੇ ਕਰਦੇ ਨੇ ਬਾਈ ਨੂੰ ਆਖਿਆ ਮੈਂ ਕਿ ਯਾਰ ਆ ਜਿਹੜੀ ਬਾਲੀ ਵੱਡੀ ਸਾਰੀ ਇਹਨੂੰ ਖੁੱਲੀ ਛੱਡ ਖਾਂ ਵੀ ਵੇਖਾ ਇਹ ਐਡੇ ਵੱਡੇ ਵੀ ਹਲਤ ਕਰਦੇ ਹੁੰਦੇ ਆ ਤੇ ਮੈਂ ਵੇਖਿਆ ਤੇ ਨਿਆਣੇ ਜਵਾਕਾਂ ਵਾਂਗੂ ਪੂਰੀ ਐਕਟਿਵ ਆਹ ਘੋੜੀ 65 ਇੰਚ ਦੀ ਘੋੜੀ ਐ ਸੱਜਣਾ ਇਹ ਇਹ ਸੂਰੇ ਵਾਲੀ ਲਾਈਨ ਦੀ ਇਹ ਵੀ ਘੋੜੀ ਜੇ ਤੁਸੀਂ ਚਾਹੋ ਤੇ ਤੁਹਾਨੂੰ ਮਿਲ ਸਕਦੀ ਆ ਤੇ ਆ ਬਸ਼ੇਰੀ ਮੱਲੋ ਜਿਹੜਾ ਬਾਬਾ ਕਮਲਜੀਤ ਆ ਉਦੇ ਕੋਲੇ ਘੋੜਾ ਜੈਵੀਰ ਉਹਦੀ ਬਸ਼ੇਰੀਆ ਆ ਇਹ ਬਸ਼ੇਰੀ ਸੱਜਣੋ 64 ਇੰਚ ਦੀ ਆ ਤੇ ਇਹ ਹਜੇ ਦੋ ਦੰਦ ਹੋਈ ਨਹੀਂ ਇਹ ਬਸ਼ੇਰੀ ਵੀ ਜੇ ਕੋਈ ਚਾਵੇ ਤਾਂ ਸੱਜਣੋ ਇਹਨੂੰ ਵੀ ਖਰੀਦ ਸਕਦਾ ਹੈ ਠੀਕ ਹੈ ਕਿ ਨਹੀਂ ਮੈਂ ਤੁਹਾਨੂੰ ਹੋਰ ਵੀ ਦਿਖਾਉਣਾ ਜਾਨਵਰ ਹੋਰ ਵੀ ਬੜੇ ਆ ਕਿਉਂਕਿ 28 29 ਜਾਨਵਰ ਦਿਖਾਉਂਦਿਆਂ ਨੂੰ ਤੁਹਾਨੂੰ ਪਤਾ ਹੈ ਵੀ ਟਾਈਮ ਤਾਂ ਫਿਰ ਲੱਗ ਹੀ ਜਾਣਾ ਤੇ ਆ ਮੱਲੋ ਜਿਹੜੀ ਘੋੜੀ ਹੈਗੀ ਆ ਇਹ ਹੈਗੀ ਆ ਪੰਜਾਬ ਨਸਲ ਦੀ ਆਪਣੇ ਵਾਲੇ ਬਾਪੂ ਜੋਰਾ ਸਿਓ ਮੱਝੂ ਕਿਆਂ ਵਾਲੇ ਵਾਲੇ ਘੋੜੇ ਦੀ ਪੋਤਰੀ ਆ ਇਹ ਆਜ਼ਾਦ ਘੋੜੇ ਦੀ ਬੱਚੀ ਆ ਇਹ ਜਿਹੜਾ ਚੌਲ ਸਟੱਡ ਫਾਰਮ ਤੇ ਆਜ਼ਾਦ ਹੈ ਇਹ ਉਹਦੀ ਬੱਚੀ ਆ ਦੋਨਾਂ ਅੱਖਾਂ ਤੋਂ ਬਿੱਲੀ ਆ ਵੈਸੇ ਲਾਲ ਅਬਲਕਾ ਤੇ ਜੇ ਕੋਈ ਚਾਵੇ ਇਹ ਵੀ ਖਰੀਦਣੀ ਤਾਂ ਇਹ ਵੀ ਖਰੀਦ ਸਕਦੇ ਆ ਜਿੰਨੀਆਂ ਵੀ ਮਾਰਵਾੜੀ ਘੋੜੀਆਂ ਤਕਰੀਬਨ ਹੀ ਉਹ ਇਹਨਾਂ ਕੋਲੇ ਇੱਕ ਬਾਈ ਕੋਲੇ ਨਿੱਪੀ ਕੋਲੇ ਘੋੜਾ ਹੈ ਬੱਚਾ ਇਹੋ ਦਰੋਣੇ ਦਾ ਉਹਦੇ ਤੋਂ ਗੱਬਣਾ ਤੇ ਜਿਹੜੀਆਂ ਨੋਕਰੀਆਂ ਉਹਨਾਂ ਤੇ ਹੋ ਸਕਦਾ ਵੀ ਇੱਕ ਅੱਧੀ ਘੋੜੀ ਹੈ ਜਿਹੜੀ ਦੋ ਘੋੜੀਆਂ ਉਹ ਇਹਨਾਂ ਕੋਲੇ ਇੱਕ ਘੋੜਾ ਹੈ ਬਾਈ ਨਿੱਪੀ ਕੋਲੇ ਉਹਦੇ ਤੋਂ ਗੱਬਣਾ ਤੇ ਮੱਲੋ ਆ ਇਹ ਘੋੜਾ ਇਹਨਾਂ ਕੋਲੇ ਨੁਕਰਾ ਸਪੋਰਟਲੈਸ 65 ਇੰਚ ਇਹਦੀ ਹਾਈਟ ਹੈ ਤੇ ਇਹ ਲੰਮੇ ਜੱਟਪੁਰਿਆਂ ਵਾਲੇ ਸੱਘੂ ਘੋੜੇ ਦਾ ਬੱਚਾ ਹੈ ਮਤਲਬ ਆਪਾਂ ਇਹ ਕਹਿ ਲਈਏ ਬਾਕਰਪੁਰ ਵਾਲੇ ਨੂਰੇ ਦਾ ਭਰਾ ਇਹ ਸੱਜਣੋ ਇਹ ਘੋੜਾ ਬਹੁਤ ਚੰਗੇ ਬੱਚੇ ਇਹਨਾਂ ਦੇ ਫਾਰਮ ਤੇ ਵੀ ਇੱਕ ਬਸ਼ੇਰਾ ਹੈਗਾ ਚੰਗੀ ਹਾਈਟ ਵਾਲਾ ਚੰਗੇ ਬੱਚੇ ਪੈਦਾ ਕਰ ਰਿਹਾ ਏ ਘੋੜਾ ਜੇ ਕਿਸੇ ਨੂੰ ਬਰੀਡਿੰਗ ਸਰਵਿਸ ਵਾਸਤੇ ਚਾਹੀਦਾ ਤਾਂ ਵੀ ਸੰਪਰਕ ਕਰ ਲਿਓ ਤੇ ਵੈਸੇ ਤੁਹਾਨੂੰ ਪਤਾ ਹੈ ਵੀ ਜਿਹੜਾ ਆਪਣਾ ਨਰਪੈ ਸੋ ਨਿੱਪੀ ਆ ਤੇ ਇਹ ਵਪਾਰ ਵੀ ਕਰਦਾ ਤੇ ਹੋ ਸਕਦਾ ਵੀ ਥੋੜੀ ਦੂਜੇ ਲੋਟ ਵੀ ਕੁੰਡੀ ਫਸ ਜੇ ਆਪਣਾ ਉਹ ਪਿੱਤਲ ਦੀ ਖੁਰਨੀ ਰੱਖਣ ਵਾਲਾ ਕੇਸ ਬਣ ਜੇ ਟੈਂਟ ਟੁੰਟ ਲਾ ਕੇ ਬੈਠਣ ਵਾਲਾ ਮੰਡੀ ਤੇ ਉਹ ਕੇਸ ਵੀ ਬਣ ਸਕਦਾ ਜੇ ਉਵੇਂ ਕਰਨਾ ਹੋਇਆ ਉਵੇਂ ਵੀ ਹੋ ਜਾਊਗਾ ਤੇ ਇਹ ਮੱਲੋ سپورਟਲੈਸ ਹੈ ਜੋ ਮਾਲਕਾਂ ਨੇ ਦੱਸਿਆ ਵੀ ਕਹਿੰਦੇ ਭਾਈ ਇਹ ਜਮਾਂ ਨੈਚੁਰਲ سپورਟਲੈਸ ਘੋੜਾ ਹੈ ਤੇ ਇਹਦੀ ਹਾਈਟ 65 ਇੰਚ ਹੈ ਤੇ ਜਿਹੜੀ ਗੱਲ ਬਾਤ ਜਦੋਂ ਤੁਸੀਂ ਫਾਰਮ ਤੇ ਜਾਓਗੇ ਤੁਹਾਨੂੰ ਘੋੜਿਆਂ ਦਾ ਨਾ ਸਾਰਾ ਕੁਝ ਪਤਾ ਲੱਗ ਜੂ ਗੱਲ ਬਸ ਸਾਡੀ ਨਾ ਥੋੜੀ ਜੀ ਤਕਲੀਫ ਇਹ ਰਹਿ ਗਈ ਵੀ ਸ਼ਹਿਰ ਦਾ ਕੰਮ ਅਸੀਂ ਕਰਕੇ ਵੀ ਘੋੜੇ ਕਿਸੇ ਖੁੱਲੇ ਥਾਂ ਤੇ ਕੱਢ ਕੇ ਫਲਮਾਏ ਨਹੀਂ ਗਏ ਵੀ ਸਾਡੇ ਚ ਢਿੱਲ ਇਹ ਰਹੇਗੀ ਤੇ ਜੇ ਕਿਤੇ ਖੁੱਲੇ ਥਾਂ ਤੇ ਫਲਮਾਏ ਹੁੰਦੇ ਨਾ ਫੇਰ ਗੱਲਬਾਤ ਕੁਝ ਹੋਰ ਬਣ ਜਾਂਦੀ ਆ ਜਦੋਂ ਘੋੜਾ ਐ ਕੱਚੇ ਥਾਂ ਤੇ ਖੜਦਾ ਤੇ 2 ਇੰਚ ਤੱਕ ਘੋੜੇ ਦਾ ਸੁੰਬ ਕੱਚੇ ਥਾਂ ਖੁੱਭ ਜਾਂਦਾ ਵੀ ਉਹਦੇ ਨਾਲ ਘੋੜਾ मतलब 2 इंच ਦਾ ਨੁਕਸਾਨ ਹੁੰਦਾ ਸੱਜਣੂ ਸੱਚੀ ਗੱਲ ਮੇਰੀ ਪੁੱਛੋ ਵੀ મતਲਬ ਜਦੋਂ ਅਸੀਂ ਵੀਡੀਓ ਫਲਮਾਉਂਦੇ ਆ ਨਾ ਉਦੋਂ ਅਸੀਂ ਇਸ ਚੀਜ਼ ਦਾ ਵੀ ਧਿਆਨ ਰੱਖਦੇ ਆ ਕਿ ਭਾਈ ਉਹਦਾ ਘੋੜੇ ਦਾ ਪੈਰ ਕਿਤੇ ਖੁੱਬ ਕੇ ਘੋੜੇ ਦੀ ਜਿਹੜੀ ਹਾਈਟ ਆ ਉਹ ਕਿਸੇ ਵੀ ਹਿਸਾਬ ਨਾਲ ਘਟ ਨਾ ਜਾਵੇ ਇੱਕ ਆ ਇਹਨਾਂ ਕੋਲੇ ਬਸ਼ੀਰਾ ਇਹਦਾ ਨਾਂ ਜਾਦੂ ਆ ਇਹ ਦਰੋਣੇ ਦਾ ਸੱਜਣੂ ਜ਼ਿਆਦਾਤਰ ਘੋੜੀਆਂ ਜਿਹੜੀਆਂ ਉਹ ਇਸੇ ਤੋਂ ਹੀ ਗੱਬਣਾ ਇਹ ਬਾਲਾ ਢਿੱਲਾ ਮਠਾ ਹੋ ਗਿਆ ਸੀਗਾ ਬਿਮਾਰ ਹੀ ਅਸਲ ਦੇ ਵਿੱਚ ਵੀ ਜਿਆਦਾ ਹੋ ਗਿਆ ਸੀ ਇਸ ਕਰਕੇ ਇਹ ਭੋਰਾਕ ਤੁਹਾਨੂੰ ਲਿੱਸਾ ਨਜ਼ਰ ਆਊਗਾ ਪਰ ਉਦਾਂ ਹੁਣ ਇਹ ਠੀਕ ਆ ਹਾਈਟ ਇਹਦੀ ਬਹੁਤ ਆ ਇਸ ਘੋੜੇ ਦੀ ਮਤਲਬ ਹਾਈਟ ਆ ਜਿਹੜੀ ਉਹ 65 66 ਇੰਚ ਹਾਈਟ ਹੋ ਗਈ ਹੈ ਇਹਦੀ ਬੱਚਾ ਹੀ ਆ ਹਜੇ ਇਹ ਤੇ ਇਹ ਜਿੰਨੀਆਂ ਵੀ ਬਾਈ ਦੇ ਘਰੇ ਮਾਰਵਾੜੀ ਘੋੜੀਆਂ ਜਿਹੜੀਆਂ ਮੂਹਰੇ ਆਉਣ ਗਈਆਂ ਉਹ ਸਾਰੀਆਂ ਤਕਰੀਬਨ ਇਸੇ ਘੋੜੇ ਤੋਂ ਹੀ ਗੱਭਣਾਂ ਤੇ ਬਾਈ ਹੁਣੀ ਨਿੱਪੀ ਹੁਣੀ ਦੱਸਦੇ ਆ ਕਹਿੰਦੇ ਵੀ ਕੋਈ ਵੀ ਘੋੜੀ ਹੋਵੇ ਵੀਰੀ ਤੋਂ ਵੀਰੀ ਵੀ ਮਤਲਬ ਮਾਲਕ ਦੀ ਕਿਰਪਾ ਨਾਲ ਇਸੇ ਤੋਂ ਗੱਭਣ ਹੋ ਜਾਂਦੀ ਆ ਆ ਤੁਹਾਨੂੰ ਇੱਕ ਬਸ਼ੇਰੀ ਦਿਖਾਉਣਾ ਆ ਮਾੜੀ ਜੀ ਨਿਗਾ ਮਾਰੇ ਉਹ ਮੱਲੋ ਇਹ ਹੈਗੀ ਆ ਕਾਲੇ ਕਾਂਟੇ ਦੀ ਬੱਚੀ ਤਿੰਨ ਪੈਰੇ ਦੇ ਚਿੱਟੇ ਆ ਤੇ ਮੱਥੇ ਇਹਦੇ ਪਟਾ ਕਨਕਨੌਤੀ ਦੀ ਬਹੁਤ ਚੰਗੀ ਆ ਤੇ ਇਹ ਵੀ ਮੰਨ ਲਓ ਜੇ ਤੁਸੀਂ ਹੋਵੇ ਖਰੀਦਣੀ ਤਾਂ ਖਰੀਦ ਸਕਦੇ ਆ ਹਾਈਟ ਉਹ ਕਹਿੰਦੇ ਵੀ ਨੌਕਰੀਆਂ ਜਿਹੜੀਆਂ ਰੱਖਦੇ ਆ ਉਹ ਅਸੀਂ 65 ਪਲੱਸ ਵਾਲੀਆਂ ਰੱਖਦੇ ਆ ਤੇ ਜਿਹੜੀਆਂ ਮਾਰਵਾੜੀ ਰੱਖਦੇ ਆ ਉਹ 63 62 63 ਪਲੱਸ ਵਾਲੀਆਂ ਰੱਖਦੇ ਆ ਮਤਲਬ ਹੁਣ ਮੈਂ ਤੁਹਾਨੂੰ ਐਵੇਂ ਕਹਦੇ ਆ ਵੀ ਇਹਦੀ ਇਹ 9 ਇੰਚ ਹਾਈਟ ਆ ਇੰਨੀਆਂ ਘੋੜੀਆਂ ਦੀ ਡਿਟੇਲ ਦੇ ਵਿੱਚ ਮੱਲੂ ਮੱਲੀ ਬੰਦਾ ਭੁੱਲ ਜਾਂਦਾ ਹੋ ਸਕਦਾ ਅੱਧੀਆਂ ਦੇ ਤਾਂ ਮੈਂ ਬਾਪ ਵੀ ਇੱਧਰ ਉੱਧਰ ਕਰ ਦਿਆਂ ਪੂਰਾ ਕਨਫਰਮ ਤਾਂ ਤੁਹਾਨੂੰ ਜਾ ਕੇ ਹੋਊਗਾ ਪਰ ਆ ਇਹਦਾ ਤਾਂ ਮੈਨੂੰ ਪੱਕਾ ਪਤਾ ਹੈ ਵੀ ਆ ਜਿਹੜੀ ਦੱਸੀ ਸੀ ਇਹ ਕਾਲੇ ਕਾਂਟੇ ਦੀ ਆ ਇਹਦੀ ਹਾਈਟ ਹੋ ਸਕਦਾ ਮਤਲਬ 63 ਪਲੱਸ ਹੋਵੇ ਬਾਕੀ ਤੁਸੀਂ ਜਦੋਂ ਜਾਓਗੇ ਫਾਰਮ ਤੇ ਤੁਹਾਨੂੰ ਪਤਾ ਲੱਗ ਜੂ ਬਸ ਰੁਕੇ ਰਹੋ 21 ਮਿੰਟ ਦੀ ਵੀਡੀਓ ਆ ਬਈ ਇੱਕ ਤੋਂ ਇੱਕ ਚੰਗੀ ਤੁਰੀ ਆਉਣੀ ਆ ਤੇ ਇੱਕ ਗੱਲ ਤੁਹਾਨੂੰ ਕੰਮ ਦੀ ਮੈਂ ਹੋਰ ਦੱਸ ਦਿੰਨਾ ਬਈ 22 ਦੇ ਫਾਰਮ ਤੇ ਨਿੱਪੀ ਦੇ ਫਾਰਮ ਤੇ ਕਿੰਨੇ ਘੋੜੇ ਆ ਬਈ ਮਤਲਬ 30 ਘੋੜੇ ਕਹਿ ਲਓ ਵੀ 30 32 ਘੋੜੇ 25 26 ਘੋੜੇ ਰਹਿੰਦੇ ਰਹਿੰਦੇ ਆ ਪਰ ਤੁਸੀਂ ਕਮਾਲ ਦੀ ਗੱਲ ਇਹ ਦੇਖੋ ਵੀ ਸਾਰੇ ਘੋੜੇ ਤੁੰਨੇ ਪਏ ਆ ਨੋਂ ਨਹੀਂ ਖੁੱਬਦਾ ਵੀ ਆਏ ਨਹੀਂ ਗੱਲ ਵੀ ਜੇ ਜ਼ਿਆਦਾ ਹੈ ਤਾਂ ਖਰਾਕ ਵੱਲੋਂ ਕੋਈ ਟੋਟ ਛੱਡੀ ਹੋਈ ਆ ਜਿੰਨੇ ਵੀ ਆਉਣਗੇ ਨਾ ਤੁਹਾਡੇ ਸਾਹਮਣੇ ਆਉਣਗੇ ਤਾਂ ਸਾਰੇ ਦੇ ਸਾਰੇ ਐਵੇਂ ਆਉਣਗੇ ਹਾਲਾਂਕਿ ਗਰਮੀ ਆ ਤੇ ਗਰਮੀ ਦੇ ਵਿੱਚ ਮੱਲੋ ਮੱਲੋ ਮੱਲੇ ਜਾਨਵਰ ਆ ਜਿਹੜਾ ਉਹ ਲਿੱਸਾ ਹੋ ਜਾਂਦਾ ਬੱਸੋਂ ਬਾਹਰ ਹੋ ਕੇ ਗੱਲਬਾਤ ਲਿੱਸਾ ਹੋ ਜਾਂਦਾ ਵੀ ਬੰਦੇ ਦੇ ਬਸ ਦੀ ਗੱਲ ਰਹਿੰਦੀ ਨਹੀਂ ਆ ਮਾੜਾ ਜਾ ਮੂਰਲੇ ਪਾਸਿਓਂ ਇਹ ਕੋੜੀ ਦੇਖ ਲੋ ਇਹ ਬਿਸ਼ੇਰੀ ਕਾਲੇ ਕਾਂਟੇ ਦੀ ਬੱਚੀ ਆ ਤੇ ਜੇ ਲੈਣੀ ਆ ਤੇ ਮੰਲੋ ਇਹ ਵੀ ਜਾਊਗੀ ਮੈਲ ਤੇ ਆ ਲੋ ਆ ਆ ਗਈ ਐ ਜਿਹੜੀ ਇਹ ਮਲੋ ਮੈਨੂੰ ਚੇਤਾ ਭੁੱਲ ਗਿਆ ਵੈਸੇ ਜਿੰਨਾ ਕੁ ਮੇਰਾ ਅੰਦਾਜ਼ਾ ਜਾ ਸ਼ਾਇਦ ਬਾਈ ਹੋਣਾ ਨੇ ਇਹ ਦੱਸੀ ਸੀਗੀ ਦਲシャン ਦੀ ਫੂਲਾ ਸਿੰਘ ਵਾਲੇ ਵਾਲੇ ਦੀ ਤੇ ਇਹਦੀ ਵੀ ਤੁਸੀਂ ਦੇਖ ਲਓ ਬਾਡੀ ਮੰਤਰ ਜਾਂ ਇਹਦੀ ਵੀ ਸਰੀਰ ਤੌਰ ਤੇ ਮਤਲਬ ਆਪਾਂ ਕਹਿ ਲਈਏ ਵੀ ਖਰਾਕ ਵਾਲੇ ਪਾਸਿਓ ਕੋਈ ਟੋਟ ਕਮੀ ਛੱਡੀ ਨਹੀਂ ਹੋਈ ਮਾਲਕ ਦੀ ਇਸ ਮੈਂ ਫਾਰਮ ਤੇ ਇਹ ਦਿਆ ਦੇਖੀ ਆ ਦਾਤੇ ਦੀ ਬਹੁਤ ਵਾਰ ਅਸੀਂ ਘੋੜੇ ਤਾਂ ਬਹੁਤ ਇਕੱਠੇ ਕਰ ਲੈਨੇ ਆ ਤੇ ਉਦੋਂ ਮਗਰੋਂ ਆਪਣੇ ਤੋਂ ਸੰਭਤੇ ਨਹੀਂ ਤੇ ਆ ਬਸ਼ੇਰੀਆ ਮੱਲੋ ਫੌਜੀ ਘੋੜੇ ਦੀ ਆਪਣੇ ਵਾਲੇ ਦੀ ਪੰਜਾਬ ਵਾਲੇ ਦੀ ਫੇਰ ਆ ਗਈ ਇਹ ਆਪਾਂ ਪੰਜਾਬ ਨਸਲ ਬਾਪੂ ਜੋਰਾ ਸਿਓ ਮੱਝੂ ਕਿਆਂ ਵਾਲੇ ਵਾਲੀ ਨਸਲ ਇਹ ਉਸ ਫੌਜੀ ਘੋੜੇ ਦੀ ਬੱਚੀ ਆ ਇਹ ਨੀਲੀ ਤੇ ਐਸ ਵਕਤ ਇਹ ਉਹ ਸਟੇਜ ਤੇ ਆ ਜਿਹਨੂੰ ਅੰਗਰੇਜ਼ੀ ਚ ਮੱਲੋ ਡੈਪਲ ਗ੍ਰੇ ਕਹਿ ਦਿੰਦੇ ਆ ਜਿਹੜੇ ਪੰਜਾਬੀ ਵਾਲੇ ਕਹਿੰਦੇ ਆ ਗੁਲਦਾਰ ਆਗੇ ਗੁਲਦਾਰ ਤੇ ਮੈਂ ਤੁਹਾਨੂੰ ਸੌਖੇ ਜੇ ਸਖਾਲੇ ਜੇ ਭਾਸ਼ਾ ਚ ਦੱਸ ਦਿੰਨਾ ਵੀ ਜਿਹੜੇ ਫੁੱਟਬਾਲ ਵਾਂਗੂ ਛਿੰਬ ਜੇ ਨਹੀਂ ਪੈਣ ਲੱਗ ਜਾਂਦੇ ਹੁੰਦੇ ਉਹ ਸਟੇਜ ਤੇ ਆ ਪਹਿਲਾਂ ਕਾਲੀ ਸੀ ਹੁਣ ਛਿੰਬ ਜੇ ਪਹਿਣਗੇ ਫਿਰ ਚਿੱਟੀ ਹੋ ਜਾਊਗੀ ਆ ਆ ਗਈ ਮੱਲੋ ਕਾਲੇ ਕਾਂਟੇ ਦੀ ਪੋਤਰੀ ਇਹ ਸਪਤਾਸ ਘੋੜੇ ਦੀ ਬੱਚੀ ਐ ਇਹ ਇਹ ਵੀ ਗੱਬਣ ਦਰੋਣੇ ਵਾਲੇ ਘੋੜੇ ਤੋਂ ਹੀ ਆ ਤੇ ਨਾਲੇ ਦਰੋਣੇ ਵਾਲੇ ਘੋੜੇ ਬਾਰੇ ਇਹ ਸੁਣ ਲਓ ਕਿ ਉਹਦੀ ਬਰੀਡਿੰਗ ਸਰਵਿਸ ਵੀ ਮਿਲ ਜੂਗੀ ਤੁਹਾਨੂੰ ਪਰ ਉਹ ਵੇਚਣਾ ਨਹੀਂ ਉਹਨਾਂ ਨੇ ਉਹ ਤੋਂ ਬਿਨਾ ਬਾਕੀ ਦੇ ਸਾਰੇ ਜਾਨਵਰ ਆ ਜਿਹੜੇ ਬਕਾਊ ਆ ਜਿਹੜੇ ਸਿਰੇ ਤੱਕ ਤੁਸੀਂ ਦੇਖੀ ਜਾਓ 10 ਮਿੰਟ ਦੀ ਵੀਡੀਓ ਹੋ ਰਹੀ ਆ ਵੈਸੇ ਮੈਂ ਸੀਨ ਲਾਉਣ ਦੀ ਕਸਰ ਨਹੀਂ ਛੱਡੀ ਕਿ ਭੋਰਾ ਬੋਲੀ ਤਾਂ ਜਾਊਗਾ ਪਰ ਆਏ ਨਾ ਹੋਵੇ ਬਈ ਸੱਜਣਾ ਨੂੰ ਅਗਲਾ ਕਹਦੇ ਯਾਰ ਘੋੜੀ ਦਾ ਇਧਰਲਾ ਪਾਸਾ ਤਾਂ ਵਿਖਾਇਆ ਹੀ ਨਹੀਂ ਤੇ ਉਧਰਲਾ ਪਾਸਾ ਤਾਂ ਰਹਿ ਗਿਆ ਵੇਖਣ ਵੱਲੋਂ ਵੀ ਕਮੀ ਇਹੇ ਨਾ ਰਹਿ ਜੇ ਇਹ ਸਪਤਾਸ ਘੋੜੇ ਦੀ ਮੱਲੋ ਬੱਚੀ ਆ ਦੋ ਪੈਰੇ ਦੇ ਚਿੱਟੇ ਆ ਮੱਥੇ ਪਟਾਏ ਦੇ ਕੰਨਾਂ ਕੁੰਨਾਂ ਦੀ ਸਨੱਖੀ ਆ ਜੇ ਕਿਸੇ ਨੇ ਸੌਦਾ ਕਰਨਾ ਹੋਇਆ ਤੇ ਅੱਜ ਤੁਹਾਨੂੰ ਮੰਡੀ ਜਿਨਾ ਮਾਹੌਲ ਆ ਜਦੋਂ ਆਪਾਂ ਮੰਡੀ ਲੱਗੀ ਹੁੰਦੀ ਹੈ ਨਾ ਜਗਰਾਉਂ ਦੀ ਤੇ ਉਦੋਂ ਫਿਰ ਢੇੜਾ ਦੇ ਕੇ ਇੰਨੇ ਜਾਨਵਰ ਜਦੋਂ ਬੰਦਾ ਭਾਲਦਾ ਤੇ ਪੱਟ ਦੋ ਦਿਨ ਭੂਆ ਭੂਆ ਕਰਦੇ ਰਹਿੰਦੇ ਆ ਇੱਥੇ ਤੁਹਾਨੂੰ RAM ਨਾ ਮੰਜੇ ਤੇ ਬੈਠਿਆਂ ਨੂੰ ਚਾਹ ਪੀਂਦਿਆਂ ਨੂੰ ਆਹ ਜਾਨਵਰ ਦੇစီ ਜਾਂਦੇ ਆ ਆ ਮੱਲੋ ਹੈਗੀ ਆ ਰਤਨਾਕਰ ਦੀ ਰਤਨਾਕਰ ਦੀ ਬੱਚੀ ਇਹ ਵੀ ਗੱਬਣ ਘੋੜੀ ਜੇ ਕਿਸੇ ਨੇ ਇਹ ਲੈਣੀਆਂ ਤਾਂ ਇਹ ਵੀ ਲੈ ਲਿਓ ਤੇ ਮੈਂ ਗੱਲ ਕਰਦਾ ਸੀ ਜ ਮੇਲੇ ਤੇ ਢੀਡਾਂ ਦੇਣ ਵਾਲੀ ਤੇ ਅੱਜ ਥੋੜਾ ਬੈਠਿਆਂ ਬੈਠਿਆਂ ਤਾਂ ਮੈਂ ਕਿਸੇ ਚੰਗੇ ਘੋੜਿਆਂ ਦੇ ਮੇਲੇ ਵਰਗਾ ਢੀਡਾ ਕਢਾ ਦੇਣਾ ਥੋੜਾ ਜੇ ਉਨਾਂ ਹੀ ਕੰਮ ਕਰ ਦੇਣਾ ਘੋੜੇ ਦੇ ਮੇਲੇ ਜਿੰਨਾ ਹੀ ਜਿੰਨਾ ਕੰਮ ਥੋੜਾ ਘੋੜੇ ਦੇ ਮੇਲੇ ਤੇ ਹੁੰਦਾ ਆ ਘੋੜੀ ਜੇ ਇਹ ਲੈਣੀ ਆ ਤਾਂ ਆ ਵੀ ਲੈ ਸਕਦੇ ਆ ਇਹਦੇ ਮੱਥੇ ਪਟਾ ਇੱਕ ਪੈਰ ਚਿੱਟਾ ਜਿੰਨਾਕ ਮੇਰਾ ਫੇਰ ਅੰਦਾਜ਼ਾ ਹੈ ਮੈਂ ਤੁਹਾਨੂੰ ਤੱਕ ਜੀ ਨਹੀਂ ਦੱਸਦਾ ਇਹ ਵੀ ਹੋ ਸਕਦਾ ਹੈ ਕਿ ਦਿਲਸ਼ਾਨ ਦੀ ਆ ਜਿਹੜਾ ਫੂਲਾ ਸਿੰਘ ਕੋਲੇ ਆ ਜਿਹੜਾ ਅਲੀਸ਼ਾਨ ਦਾ ਬੱਚਾ ਜਿਹੜਾ ਅੱਜਕੱਲ ਮੱਲੋ ਘੋੜਾ ਆਇਆ ਹੋਇਆ ਬੂਟੇ ਗਵਿੰਦਪੁਰੇ ਵਾਲੇ ਦੇ ਫਾਰਮ ਤੇ ਉਸ ਘੋੜੇ ਦੀ ਬੱਚੀ ਆ ਜਿੰਨਾਕ ਮੇਰਾ ਅੰਦਾਜ਼ਾ ਜਿਆ ਪੱਕਾ ਤੁਹਾਨੂੰ ਪਤਾ ਬਾਈ ਤੋਂ ਪਤਾ ਲੱਗ ਜਾਓ ਨਿੱਪੀ ਦਾ ਨੰਬਰ ਤੁਹਾਨੂੰ ਸਕਰੀਨ ਤੇ ਆ ਤੇ ਸੱਜਣੋ ਆ ਹੈਗੀ ਐ ਚੰਬੀ ਇਹ ਸਾਹੋਕਿਆਂ ਵਾਲੀ ਲੈਂਦੀ ਆ ਇਹ ਘੋੜੀ ਤੇ ਇਹ ਘੋੜੀ ਗੱਬਣਾ ਨੁਕਰੇ ਕੋੜੇ ਤੋਂ ਜੇ ਇਹ ਲੈਣੀ ਆ ਤੇ ਇਹ ਵੀ ਲੈ ਸਕਦੇ ਆ ਠੀਕ ਹੈ ਜੀ ਇਹ ਘੋੜੀ ਜੇ ਤੁਸੀਂ ਖਰੀਦਣੀ ਆ ਤਾਂ ਇਹ ਵੀ ਤੁਸੀਂ ਖਰੀਦ ਸਕਦੇ ਆ ਤੁਹਾਡੇ ਵਾਸਤੇ ਖੋਲਾ ਤੇ ਆ ਬਸ਼ੇਰੀ ਮੱਥੇ ਪਟਾਏ ਦੇ ਤੇ ਦੋ ਪੈਰੇ ਦੇ ਚਿੱਟੇ ਆ ਤੇ ਇਹਦੀ ਨਾ ਅੱਖ ਦੇ ਵਿੱਚ ਇੱਕ ਹਲਕੀ ਜੀ ਸੱਟ ਲੱਗੀ ਹੋਈ ਐ ਇਹ ਠੀਕ ਆ ਉ ਕੁਦਰਤਾਂ ਵਾਲੇ ਨੇ ਬਣਤਾਲੇ ਪੱਖ ਤੋਂ ਕੋਈ ਕਾਜ ਨਹੀਂ ਸੀ ਛੱਡਿਆ ਇਹਦੇ ਵਿੱਚ ਤੇ ਚਲੋ ਫਿਰ ਸੱਟ ਫੇਟ ਤਾਂ ਹਨਾ ਬਈ ਆਪਾਂ ਕਹਿ ਲਈਏ ਵੀ ਮੁਕੱਦਰਾਂ ਦੇ ਬਸ ਆ ਜਾਂਦੀ ਐ ਤੇ ਇਹਦੇ ਦੋ ਪੈਰ ਚਿੱਟੇ ਆ ਤੇ ਇਹਦੇ ਮੱਥੇ ਪਟਾ ਪਰ ਇਹਦੇ ਵਿੱਚ ਜੇ ਤੁਸੀਂ ਕਹੋਗੇ ਕਿ ਕੁਦਰਤ ਨੇ ਬਣਤ ਬਣਾਉਣ ਵੇਲੇ ਵੀ ਜਦੋਂ ਉਹ ਸ਼ੈਣੀ ਥੋੜੀ ਲੈ ਕੇ ਬੈਠਾ ਸੀਗਾ ਇਹ ਮੂਰਤ ਘੜਨ ਲੱਗਿਆ ਸੀ ਉਦੋਂ ਕੋਈ ਕਮੀ ਨਹੀਂ ਸੀ ਛੱਡੀ ਆ ਤੁਸੀਂ ਤੁਹਾਡੇ ਸਾਹਮਣੇ ਆ ਇਹ ਬਸ਼ੇਰੀ ਤੇ ਇਹ ਬਸ਼ੇਰੀ ਵੀ ਉਹਨਾਂ ਦੇ ਫਾਰਮ ਤੇ ਆ ਵੈਸੇ ਬਾਈ ਨਿੱਪੀ ਦਾ ਵੀ ਮੂੰਹ ਬਹੁਤ ਕਰਦੀ ਆ ਇਹ ਤੇ ਨਿੱਪੀ ਵੀ ਇਹ ਤਾਂ ਬਹੁਤ ਕਰਦਾ ਪਰ ਵਪਾਰੀ ਆ ਹੋ ਸਕਦਾ ਇਨੂ ਵੀ ਸੇਲ ਕਰ ਦੇਣ ਸੱਜਣੂ ਬਸ਼ੇਰੀ ਨੂੰ ਘੋੜੀਆਂ ਆ ਘੋੜੀ ਹੋਰ ਆ ਉਹ ਬਸ਼ੇਰੀ ਹੋਰ ਸੀਗੀ ਆ ਘੋੜੀ ਹੋਰ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਮੈਂ ਕੁਝ ਘੋੜੀਆਂ ਦੀ ਜਿਹੜੀ ਡਿਟੇਲ ਆ ਸੱਜਣੂ ਉਹ ਭੁੱਲ ਗਿਆ ਕਿਉਂਕਿ ਜਾਦਾ ਜਾਨਵਰਾਂ ਦੇ ਵਿੱਚ ਘੋੜਿਆਂ ਦੇ ਨਾਂ ਯਾਦ ਰੱਖਣੇ ਮਾਂਮਾ ਦੇ ਨਾਂ ਯਾਦ ਰੱਖਣੇ ਹਾਈਟ ਯਾਦ ਰੱਖਣੀ ਬਹੁਤ ਔਖਾ ਕੰਮ ਹੋ ਜਾਂਦਾ ਟੇਡਾ ਜਿਹਾ ਕੰਮ ਹੋ ਜਾਂਦਾ ਤੇ ਬਾਲੇ ਬਾਰੇ ਹੁਣ ਮੈਂ ਤੱਕ ਸੁਧੀ ਜੀ ਵਿੱਚ ਪਿੱਛੇ ਜੇ ਘੋੜਿਆਂ ਦੇ ਨਾਮ ਲੈ ਤੇ ਮੈਨੂੰ ਆਇਆ ਵੀ ਮੈਂ ਬਾਹਲਾ ਉਲਟ ਸੋਲਟ ਕੰਮ ਨਾ ਕਰਦਿਆਂ ਜਿਹੜੀ ਤੁਹਾਨੂੰ ਫਿੱਟ ਆਈ ਜਾਂਦੀ ਹੈ ਜਿਹੜੀ ਤੁਹਾਨੂੰ ਲੱਗਦੀ ਹੈ ਵੀ ਹਾਂ ਆਪਾਂ ਨੂੰ ਲੈਣੀ ਚਾਹੀਦੀ ਆ ਉਹਦਾ ਸਕਰੀਨ ਸ਼ਾਟ ਭੇਜ ਕੇ ਉਹਦਾ ਰੇਟ ਪੁੱਛ ਲਿਓ ਰੇਟ ਪੁੱਛ ਕੇ ਤੁਸੀਂ ਬਾਈ ਦੇ ਫਾਰਮ ਤੇ ਜਾਵੜਿਓ ਬਾਈ ਦੇ ਫਾਰਮ ਤੇ ਜਾ ਕੇ ਉੱਥੇ ਗੱਲਬਾਤ ਨਵੇੜ ਕੇ ਸੌਦਾ ਕਰਕੇ ਭੁੰਡੇ ਤੇ ਚੜਾ ਕੇ ਆਥਣੇ ਤੇਲ ਚਵਾ ਕੇ ਤੇ ਡੱਬੇ ਮਿੱਤਰਾਂ ਨੂੰ ਪਾਰਟੀ ਕਰ ਸਕਦੇ ਆ ਜਣੀ ਦਾ ਤੁਹਾਡੇ ਕੋਲੇ ਪਾਰਟੀ ਕਰਨ ਦਾ ਪੂਰਾ ਪੂਰਾ ਪ੍ਰਬੰਧ ਆ ਜਿਹੜਾ ਉਹ ਲੋਪੋ ਵਾਲੇ ਦੇ ਪੇਜ ਦੀ ਸਾਰੀ ਟੀਮ ਨੇ ਅੱਜ ਤੁਹਾਨੂੰ ਕਰਕੇ ਸਜਣੂ ਦੇਤਾ ਹੈ ਮੇਰਾ ਤਾਂ ਇਹ ਮਸਲਾ ਕਿਉਂਕਿ ਮੈਨੂੰ ਐਂ ਲੱਗਦਾ ਹੈ ਬਈ ਜਗਰਾਉਂਦਾ ਜਿਹੜਾ ਮੇਲਾ ਨਾ ਉਹ ਹੋ ਸਕਦਾ ਨਾ ਲੱਗੇ ਤੇ ਮੰਨ ਲਓ ਆਹ ਅਬਲ ਘੋੜੀ ਐ ਇਹ ਅਬਲ ਘੋੜੀ ਬਹੁਤ ਵੱਡੀ ਆ ਵੱਡਾ ਇੰਜਨ ਟਾਈਪ ਘੋੜੀ ਆ ਢੇਟ ਵਾਲੇ ਪਾਸਿਓਂ ਤੁਸੀਂ ਦੇਖੋਗੇ ਨਾ ਕਿ ਮਤਲਬ ਜਿਵੇਂ ਖੁੱਲੇ ਜੇ ਨਹੀਂ ਹੁੰਦੇ ਖੁੱਲਾ ਜਿਹਾ ਸਿਸਟਮ ਉਵੇਂ ਆ ਪੈਰਾਂ ਤੋਂ ਲੈ ਕੇ ਢੇਟ ਤੱਕ ਸਾਰਾ ਮਤਲਬ ਐਂ ਆ ਘੋੜੀ ਇਹ ਤੇ ਇਹ ਘੋੜੀ ਵੀ ਗੱਭਣਾ ਸੱਜਣੋ ਤੇ ਇਹ ਘੋੜੀ ਵੀ ਬਕਾਊ ਆ ਤੇ ਨਾਲ ਇਸੇ ਹੀ ਘੋੜੀ ਦੀ ਬਸ਼ੇਰੀ ਵੀ ਆ ਉਹ ਵੀ ਗੱਬਣ ਦੋਨੇ ਹੀ ਅਵਲਕਾ ਕਾਲੀਆਂ ਅਵਲਕਾ ਇਹ ਕਾਲੀ ਅਵਲਕਾ ਮੜਿਆ ਧੁੱਪ ਜੀ ਨਾ ਮੜੀ ਜੀ ਲਾਲੀ ਦਿਸਦੀ ਆ ਉਦਾਂ ਇਹ ਕਾਲੀ ਅਵਲਕਾ ਪਰਖਣ ਵਾਲੇ ਤਾਂ ਬਹੁਤ ਜ਼ਿਆਦਾ ਪਰਖੂ ਆ ਤਾਂ ਦੇਖ ਲੈਣਗੇ ਹਜੇ ਮੇਰੇ ਅਰਗੇਨ ਤਾਂ ਭੁਲੇਖਾ ਪੈ ਸਕਦਾ ਜਿਹਨੇ ਵੀਡੀਓ ਜੀ ਬਣਾਉਣੀ ਆ ਤੇ ਗੱਲਾਂ ਜੀਆਂ ਹੀ ਕਰਨੀਆਂ ਜਿਨ੍ਹਾਂ ਦੀਆਂ ਉਮਰਾਂ ਹਡਾਈਆਂ ਘੋੜਿਆਂ ਦੇ ਵਿੱਚ ਲੰਘੀਆਂ ਉਹਨਾਂ ਨੂੰ ਤਾਂ ਬਹੁਤ ਕੁਝ ਪਤਾ ਹੁੰਦਾ ਤੇ ਮੰਨ ਲਓ ਇਹ ਘੋੜੀ ਵੀ ਬਕਾਊ ਆ ਜੇ ਕਿਸੇ ਨੇ ਇਹ ਲੈਣੀ ਆ ਤਾਂ ਇਹ ਵੀ ਲੈ ਸਕਦਾ ਹੈ ਇਹ ਸ਼ਾਇਦ ਕੋਈ ਹੋਰ ਘੋੜਾ ਹੁਣ ਮੈਨੂੰ ਚੇਤਾ ਭੁੱਲ ਗਿਆ ਆ ਇੰਟਰਵਿਊ ਕੱਲ ਨੂੰ ਆਊਗੀ ਇੰਟਰਵਿਊ ਦੇ ਵਿੱਚ ਵੈਸੇ ਸਾਰੀਆਂ ਗੱਲਾਂ ਕਲੀਅਰ ਹੋ ਜਾਣਗੀਆਂ ਕਿ ਆ ਬਸ਼ੇਰੀ ਕਿਹੜੇ ਘੋੜੇ ਦੀ ਆ ਘੋੜੀ ਕਿਹੜੇ ਘੋੜੇ ਦੀ ਆ ਘੋੜੀ ਗੱਬਣ ਕਿਹੜੇ ਘੋੜੇ ਤੋਂ ਆ ਉਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਕਲੀਅਰ ਹੋ ਜਾਣਗੀਆਂ ਤੁਹਾਨੂੰ ਕੱਲ ਦੀ ਜਿਹੜੀ ਵੀਡੀਓ ਆਊਗੀ ਮੇਰਾ ਤਾਂ ਮਸਲਾ ਐ ਸੀ ਵੀ ਆਹ ਵੀਡੀਓ ਜੀ ਐ ਜਿੰਨੀ ਕੁ ਬਣੀ ਆ ਵੀ ਇਹ ਆਈ ਪੈ ਜੇ ਵੀ ਆਪਾਂ ਨੂੰ ਕੀ ਪਤਾ ਹੁੰਦਾ ਵੀ ਕਿਹੜੀ ਵੀਡੀਓ ਨੇ ਮਾਰ ਕਰ ਜਾਣੀ ਆ ਪਹਿਲੀ ਨੇ ਕਰਨੀ ਆ ਕਿ ਦੂਜੀ ਨੇ ਕਰਨੀ ਆ ਅਕਸਰ ਜੀ ਨੇ ਆਪਾਂ ਨੂੰ ਭਾਈ ਰੁਪਈਏ ਦਿੱਤੇ ਆ ਵੀ ਆਪਾਂ ਨੂੰ ਐ ਜੇ ਹੁੰਦਾ ਮੇਰੇ ਮਨ ਨੂੰ ਐ ਹੁੰਦਾ ਕਿ ਦੋ ਵੀਡੀਓ ਪਾ ਦਿਓ ਕੀ ਪਤਾ ਕਿਹੜੀ ਨੇ ਮਾਰ ਕਰ ਦੇਣੇ ਆ ਕਿਨੇ ਫਾਇਦਾ ਕਰ ਦੇਣਾ ਤੇ ਆ ਮੰਨ ਲਓ ਪ੍ਰਭਾਤ ਦੀ ਆ ਐਦਾ ਮੈਨੂੰ ਪੂਰਾ ਚੇਤਾ ਆ ਇਹ ਤੇ ਤੁਸੀਂ ਕਮਾਲ ਦੀ ਗੱਲ ਇਹ ਦੇਖੋ ਕਿ ਇਹ ਹੈਗੀ ਤਾਂ ਕਮੈਟ ਆ ਇਹਦੀਆਂ ਜਾਦਾਂ ਤੇ ਪੂਛ ਵਾਲੇ ਜਿਹੜੇ ਵਾਲ ਆ ਉਹ 골ਡਨ ਆ ਤੇ ਆਮ ਤੌਰ ਤੇ ਜਿਹੜੇ ਵਾਲ ਆ ਜਾਦਾਂ ਵਾਲੇ ਉਹ ਕਾਲੇ ਹੁੰਦੇ ਇਹ 골ਡਨ ਵਾਲੇ ਦੇ ਤੇ ਇਹ ਬਹੁਤ ਖੁੱਲੀ ਆ ਇਹ ਵੀ ਬਹੁਤ ਖੁੱਲੀ ਘੋੜੀ ਆ ਜੇ ਤੁਸੀਂ ਇਹਨੂੰ ਲਾਈਵ ਦੇਖੋਗੇ ਬੜਾ ਆਨੰਦ ਆਊਗਾ ਤੁਹਾਨੂੰ ਇਸ ਘੋੜੀ ਨੂੰ ਦੇਖ ਕੇ ਤੇ ਇਹ ਵੀ ਮੰਨ ਲਓ ਬਕਾਊ ਆ ਤੇ ਗੱਬਣ ਵੀ ਹੈ ਇਹ ਸਜਣੋ ਤੇ ਜੇ ਕਿਸੇ ਨੇ ਇਹ ਖਰੀਦਣੀ ਆ ਤੇ ਇਹ ਵੀ ਖਰੀਦ ਸਕਦੇ ਆ ਤੇ ਬਾਕੀ ਕਮੈਂਟ ਕਰਕੇ ਨਾ ਇੱਕ ਚੀਜ਼ ਦੀ ਜ਼ਰੂਰ ਐਪਰੀਸ਼ੀਏਸ਼ਨ ਦੇਣੀ ਆ ਬਾਈ ਨੂੰ ਨਿੱਪੀ ਨੂੰ ਬਾਈ ਨਰ ਭੈ ਨੂੰ ਕੱਲ ਨੂੰ ਤੁਹਾਨੂੰ ਦਰਸ਼ਨ ਕਰਾਉਂਗਾ ਕਿ ਕੌਣ ਆ ਬੰਦਾ ਉਹ ਬਈ ਜਿਹੜਨੇ ਵੀ ਜਾਨਵਰ ਰੱਖੇ ਆ ਭਾਵੇਂ ਉਹ ਵਾਲੇ ਆ ਚਾਹੇ ਉਹ ਥੋੜੇ ਆ ਚਾਹੇ ਉਹ ਚੰਗੇ ਆ ਚਾਹੇ ਉਹ ਛੋਟੇ ਆ ਚਾਹੇ ਉਹ ਵੱਡੇ ਆ ਉਹ ਤੁਹਾਡੇ ਨਜ਼ਰ ਤੇ ਨਜ਼ਰੀਏ ਤੇ ਡਿਪੈਂਡ ਕਰਦਾ ਪਰ ਬਾਈ ਨੇ ਖਰਾਕ ਵਾਲੇ ਪਾਸਿਓਂ ਕੋਈ ਕਮੀ ਨਹੀਂ ਛੱਡੀ ਮਤਲਬ ਸਾਹਮਣੋਂ ਵੱਲੋਂ ਕਮਾਲ ਕੀਤੀ ਪਈ ਆ ਇਹ ਵਾਹਿਗੁਰੂ ਦੀ ਕਿਰਪਾ ਇਸ ਫਾਰਮ ਤੇ ਦਾਤਾ ਬਣਾਈ ਰੱਖੇ ਮੈਂ ਸੋਚਦਾ ਦਾਤਾ ਹਰੇਕ ਦੇ ਫਾਰਮ ਤੇ ਇਹ ਕਿਰਪਾ ਦਾਤਾ ਬਣਾਈ ਰੱਖੇ ਵਾਹਿਗੁਰੂ ਅੱਗੇ ਦਵਾਏ ਤੇ ਆ ਘੋੜੀ ਮੰਨ ਲਓ ਹੈਗੀ ਆ ਡੋਡਾਂ ਵਾਲੇ ਰਾਜੂ ਦੀ ਲੈ ਆਹ ਡੋਡਾਂ ਵਾਲੇ ਰਾਜੂ ਘੋੜੇ ਦੀ ਆ ਹੈਗੀ ਇਹ ਚੰਬੀ ਆ ਇਹਨੇ ਪਿਛਲੇ ਮਾਲਕਾਂ ਤੋਂ ਚੰਬੇ ਹੀ ਬੱਚੇ ਦਿੱਤੇ ਸੀ ਨੁਕਰਾ ਕੋਈ ਨਾ ਦਿੱਤਾ ਕਿਉਂਕਿ ਹੋ ਸਕਦਾ ਕਿ ਇੱਕ ਪਾਸੇ ਮਦਰ ਸਾਈਡ ਇਹਦੀ ਮਾਰਵਾਲੀ ਰਹੀ ਹੋਵੇ ਤਾਂ ਫਿਰ ਇਹਨਾਂ ਨੇ ਪਟਵਾਰੀ ਤੋਂ ਘੋੜੀ ਗੱਪਣ ਕਰਾਈ ਮੱਝੂਕਿਆਂ ਵਾਲੇ ਆਪਣੇ ਪੰਜਾਬ ਨਸਲ ਵਾਲੇ ਪਟਵਾਰੀ ਘੋੜੇ ਤੋਂ ਗੱਪਣ ਕਰਾਈ ਤੇ ਆ ਇਹਦੇ ਮਗਰ 2.5 ਮਹੀਨੇ ਦੀ ਬਸ਼ੇਰੀ ਆ ਇਹ ਆਪ ਵੀ ਬਹੁਤ ਵੱਡੀ ਘੋੜੀ ਆ ਬਹੁਤ ਵੱਡੀ ਜੇ ਤੁਸੀਂ ਨੂੰ ਲਾਈਵ ਦੇਖੋਗੇ ਨਾ ਉਦੋਂ ਤੁਹਾਨੂੰ ਪਤਾ ਲੱਗੂ ਬਹੁਤ ਵੱਡੀ ਘੋੜੀ ਆ ਤੇ ਇਹਦੇ ਮਗਰ ਮਾਲਕ ਦੀ ਕਿਰਪਾ ਨਾਲ ਉਹ ਓਡੀ ਹੋਈ ਬਸ਼ੇਰੀ ਤੁਰੀ ਫਿਰਦੀ ਐ ਛੋਟੀ ਜੀ ਉਮਰ ਦੇ ਵਿੱਚ ਹੀ ਤੇ ਜੇ ਕਿਸੇ ਨੇ ਇਹ ਜੋੜਾ ਲੈਣਾ ਜਾਂ ਜੋੜੇ ਚੋਂ ਇੱਕ ਲੈਣੀ ਆ ਤੁਸੀਂ ਇਹ ਵੀ ਲੈ ਸਕਦੇ ਆ ਤੇ ਆਹ ਮੱਲੋ ਸੰਜਾਫ ਘੋੜੀਆਂ ਨਾਲ ਜਿਹੜੀ ਇਹਦੇ ਮਗਰ ਜਿਹੜਾ ਬਸ਼ੇਰਾ ਤੁਰਿਆ ਫਿਰਦਾ ਇਹ ਬਸ਼ੇਰਾ ਇਨ ਨਾਲੇ ਘੋੜੇ ਦਾ ਹੀ ਬੱਚਾ ਹੈ ਯਾਨੀ ਕਿ ਸੱਗੂ ਘੋੜੇ ਦਾ ਪੋਤਰਾ ਹੈ ਤੇ ਇਨ ਨਾਲੇ ਘੋੜੇ ਦਾ ਬੱਚਾ ਨੁਕਰੇ ਦਾ ਤੇ ਬੱਚਾ ਇਹ ਵੀ ਸਪੋਰਟ ਲੈਸ ਹੈ ਤੇ ਬੱਚੇ ਦੀ ਉਮਰ ਇਹਦੀ ਵੀ ਮਾਲਕਾਂ ਨੇ ਦੱਸਿਆ 2 2.5 ਮਹੀਨੇ ਹੀ ਆ ਉਸ ਹਿਸਾਬ ਨਾਲ ਬੱਚਾ ਬਹੁਤ ਚੰਗੀ ਹਾਈਟ ਕਰ ਰਿਹਾ ਮਤਲਬ ਬਹੁਤ ਸੋਹਣਾ ਹਾਈਟ ਕਰ ਰਿਹਾ ਜਿਹੜੇ ਹਿਸਾਬ ਨਾਲ ਮਾਲਕਾਂ ਨੇ ਉਮਰ ਦੱਸੀ ਹੈ ਮੈਂ ਤਾਂ ਆਪ ਹੈਰਾਨ ਸੀ ਇਹਨੂੰ ਦੇਖ ਕੇ ਵੀ ਸੋਹਣਾ ਕੱਦ ਕਾਠੀ ਕਰ ਰਿਹਾ ਇਹ ਬੱਚਾ ਤੇ ਜੇ ਇਹ ਖਰੀਦਣਾ ਹੋਇਆ ਤੇ ਮੱਲੋ ਇਹ ਵੀ ਖਰੀਦ ਸਕਦੇ ਆ ਤੁਸੀਂ ਘੋੜੀ ਖਰੀਦਣੀ ਆ ਘੋੜੀ ਵੀ ਖਰੀਦ ਸਕਦੇ ਆ ਫਾਰਮ ਦੇ ਜਾਨਵਰ ਹੋਰ ਵੀ ਆ ਜਿੰਨੇ ਕੁ ਮੈਂ ਤੁਹਾਨੂੰ ਦਿਖਾਏ ਆ ਇਹ ਤਾਂ ਮੇਰੇ ਹਿਸਾਬ ਨਾਲ 25 26 ਹੋਏ ਨਹੀਂ ਹੋਣੇ ਤੇ 25 26 ਗਿਣਤੀ ਬਹੁਤ ਵੱਡੀ ਹੁੰਦੀ ਆ ਤੇ ਜਾਨਵਰ ਵੀ ਮਾਲਕ ਦੀ ਕਿਰਪਾ ਨਾਲ ਬਹੁਤ ਆ ਜੀ ਦੀ ਚਾਹੋ